ਸਤਿ ਸ਼੍ਰੀ ਅਕਾਲ ਅਸੀਂ ਦੁਬਈ ਦੇ ਵਿੱਚ ਆ ਤੇ ਇਹ ਦੁਬਈ ਦਾ ਇੰਟਰਨੈਸ਼ਨਲ ਸਿਟੀ ਏਰੀਆ ਤੇ ਇਸ ਜਗ੍ਹਾ ਤੇ ਅੱਜ ਅਸੀਂ ਤੁਹਾਨੂੰ ਸਿੱਖ ਤੇ ਮੁਸਲਮਾਨ ਵੀਰਾਂ ਦੇ ਵਿੱਚ ਇੱਕ ਬੜੀ ਸੋਹਣੀ ਤਸਵੀਰ ਜਿਹੜੀ ਸਾਂਝੀਵਾਲ ਦਾ ਹੀ ਤਸਵੀਰ ਆ ਉਹ ਵਿਖਾਉਣ ਲਈ ਲੈ ਕੇ ਆਏ ਆ ਕਿਉਂਕਿ ਪਿਛਲੇ ਪਾਸੇ ਸਾਡੇ ਮਸਜਿਦ ਆ ਇੱਥੇ ਅੱਜ ਸ਼ੁੱਕਰਵਾਰ ਹੈ ਤੇ ਜੁਮੇ ਦੀ ਨਮਾਜ਼ ਤੋਂ ਬਾਅਦ ਜਿਵੇਂ ਅਮਰੀਕ ਨੇ ਕਿਹਾ ਬਹੁਤ ਸੋਹਣੀ ਤਸਵੀਰ ਦੇਖਣ ਨੂੰ ਮਿਲਦੀ ਹੈ ਤੇ ਇੱਥੇ ਨਮਾਜ਼ ਤੋਂ ਬਾਅਦ ਜ ਮੁਸਲਮ ਵੀਰ ਜਦੋਂ ਬਾਹਰ ਆਉਂਦੇ ਨੇ ਤੇ ਇੱਥੇ ਹੀ ਆਪਣਾ ਪੰਜਾਬ ਢਾਬਾ ਜਾਂ ਰੈਸਟੋਰੈਂਟ ਕਹਿ ਲਓ ਤੇ ਇੱਥੋਂ ਫਿਰ ਲੰਗਰ ਲਾਏ ਜਾਂਦੇ ਆ ਦਿਨ ਦੇ ਹਿਸਾਬ ਨਾਲ ਹੁੰਦਾ ਵੀ ਇਸ ਹਫਤੇ ਉਹਨਾਂ ਨੇ ਵੱਖਰੀ ਸ਼ੈ ਵੰਡਣੀ ਹੈ ਅਗਲੇ ਹਫਤੇ ਵੱਖਰੀ ਜੇ ਹੈ ਤੋ ਇਸ ਤਰ੍ਹਾਂ ਲੰਗਰ ਦੇ ਵਿੱਚ ਚੀਜ਼ਾਂ ਬਦਲਦੀਆਂ ਰਹਿੰਦੀਆਂ ਤੇ ਉਹ ਮੁਸਲਿਮ ਵੀਰ ਜਦੋਂ ਆਉਂਦੇ ਆ ਫਿਰ ਉਹ ਇੱਥੋਂ ਖਾ ਕੇ ਹੀ ਅੱਗੇ ਨੂੰ ਲੰਘਦੇ ਆ ਤੇ ਆ ਜੋ ਮਨਜਿੰਦਰ ਸਿੰਘ ਗਿੱਲ ਵੀਰ ਹੋਣੀ ਨੇ ਜਿਹੜੇ ਇਹ ਆਪਣਾ ਪੰਜਾਬ ਢਾਬਾ ਚਲਾਉਂਦੇ ਨੇ ਤੇ ਉਹਨਾਂ ਵੱਲੋਂ ਹੀ ਸਾਰਾ ਆਰਗੇਨਾਈਜ਼ ਕੀਤਾ ਜਾਂਦਾ ਇੱਧਰ ਜਦੋਂ ਆਏ ਤੇ ਆ ਪਿਛਲੇ ਪਾਸੇ ਇੱਧਰ ਮਸਜਿਦ ਹੈ ਤੇ ਵੀਰ ਸਾਰੇ ਇੱਧਰੋਂ ਆ ਰਹੇ ਨੇ ਤੇ ਇੱਧਰਲੇ ਪਾਸੇ ਮੰਦੀ ਸਟੇਸ਼ਨ ਤੇ ਇੱਥੇ ਲੰਗਰ ਚੱਲ ਰਹੇ ਨੇ ਸਤਿ ਸ਼੍ਰੀ ਅਕਾਲ ਭਾਜੀ ਹੋਰ ਜੀ ਕਿਦਾਂ ਠੀਕ ਹੋ ਲੱਗੇ ਪਏ ਹੋਏ ਡਟੇ ਅੱਜ ਮਨਜਿੰਦਰ ਭਾਜੀ ਫਿਰ ਸੇਬਾਂ ਦਾ ਲੰਗਰ ਹੈ ਨਾ ਹਾਂਜੀ ਓਕੇ ਇਹ ਤੇ ਫਿਰ ਹੋਰ ਜਿਹੜਾ ਖਾਣ ਪੀਣ ਵਾਲਾ ਫੂਡ ਜਿਵੇਂ ਬਦਲ ਕੇ ਹੁੰਦਾ ਹਰ ਸ਼ੁੱਕਰਵਾਰ ਕਈ ਸ਼ੁੱਕਰ ਬਰਿਆਨੀ ਹੁੰਦੀ ਹੈ ਕਈ ਹਲਵਾ ਅੱਛਾ ਜੀ ਹਰ ਫਰਾਈਡੇ ਬਦਲ ਹੀ ਲਏ ਨਮਾਜ਼ ਤੋਂ ਬਾਅਦ ਓਕੇ ਹਾਂਜੀ ਠੀਕ ਹੈ ਤੇ ਆਪਣਾ ਰੈਸਟੋਰੈਂਟ ਆਹ ਪਿਛਲੇ ਪਾਸੇ ਹਾਂਜੀ ਇਹ ਆਪਣਾ ਪੰਜਾਬ ਹੈ ਠੀਕ ਹੈ ਭਾਜੀ ਅਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਇਹ 13-14 ਸਾਲ ਹੋ ਗਏ ਆ ਠੀਕ ਹੈ ਅਤੇ ਇਹ ਵਾਲੀ ਸੇਵਾ ਲੰਗਰ ਕਦੋਂ ਤੋਂ ਲਾ ਰਹੇ ਹੋ ਕਾਫੀ 2-3 ਸਾਲ ਤੋਂ ਜ਼ਿਆਦਾ ਹੀ ਹੋ ਗਿਆ ਆ ਹਾਂ ਉਹ ਨਾਨਕ ਸਾਹਿਬ ਬਾਬਾ ਜੀ ਉਹਨਾਂ ਨੇ ਕਿਹਾ ਸੀ ਕਹਿੰਦੇ ਲਾਇਆ ਕਰੋ ਅੱਛਾ ਇਹੀ ਮੈਂ ਪੁੱਛਣ ਲੱਗਾ ਸੀ ਵੀ ਇਹਦੇ ਪਿੱਛੇ ਕਾਰਨ ਕਿਵੇਂ ਮਤਲਬ ਕੀ ਬਹਾਨਾ ਕੀ ਬਣਿਆ ਫਿਰ ਬਹਾਨਾ ਨਹੀਂ ਉਹੀ ਲਵਾਉਂਦੇ ਆ ਅੱਛਾ ਜੀ ਉਹ ਕਹਿੰਦੇ ਲਾਇਆ ਲਾ ਲਿਆ ਕਰੋ ਉਹਨਾਂ ਨੇ ਸ਼ੁਰੂ ਕੀਤਾ ਹੈ ਤਾਂ ਫਿਰ ਬਸ ਅਸੀਂ ਵੀ ਲਾਈ ਜਾਂਦੇ ਹਾਂ ਸਹੀ ਉਹੀ ਲਵਾਉਂਦੇ ਆਪਾਂ ਕਾਹਦਾ ਲਾਉਣਾ ਹੈ ਬਿਲਕੁਲ ਜੀ ਬਿਲਕੁਲ ਸਹੀ ਗੱਲ ਇਹ ਤਾਂ ਹੈ ਹੀ ਹੈ ਤੇ ਇੱਧਰਲੇ ਪਾਸੇ ਉਹਨਾਂ ਨੇ ਵੇਖਿਆ ਸੀ ਆ ਕੇ ਵੀ ਇੱਧਰ ਮਸਜਿਦ ਆ ਜਾਂ ਇੱਥੋਂ ਵੀਰ ਨਿਕਲ ਕੇ ਆਉਂਦੇ ਜਾਂ ਉਦਾਂ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਨਹੀਂ ਉਹ ਆਏ ਨਹੀਂ ਇਦਾਂ ਗੱਲ ਹੋ ਰਹੀ ਸੀ ਜਿਵੇਂ ਸ਼ਬੀਰ ਹੁੰਦੀ ਹੈ ਨਾ ਆਪਣੇ ਹਾਂਜੀ 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 ਉਧਰ ਮੈਨੂੰ ਕਹਿੰਦੇ ਕਿ ਸ਼ਬੀਰ ਲਾ ਲਓ ਅੱਛਾ ਤੇ ਉਹ ਆਪਣੇ ਮੁਸਲਮਾਨ ਵੀਰ ਆਉਂਦੇ ਆ ਨਮਾਜ਼ ਪੜ੍ਹ ਕੇ ਜੀ ਤੇ ਉਹ ਕਹਿੰਦੇ ਕਿ ਜੇ ਨਮਾਜ਼ ਦੇ ਪੱਕੇ ਤੇ ਤੁਸੀਂ ਲੰਗਰ ਕਿਉਂ ਨਹੀਂ ਲਾਉਂਦੇ ਸਹੀ ਗੱਲ ਤੇ ਫਿਰ ਤੁਸੀਂ ਲਾਇਆ ਕਰੋ ਵੀ ਰੱਬ ਦੇ ਘਰੋਂ ਆਉਂਦੇ ਆ ਹਾਂ ਫਿਰ ਉਦੋਂ ਤੋਂ ਸ਼ੁਰੂ ਕੀਤਾ ਬਾਬੇ ਨਾਨਕ ਵਾਲਾ ਲੰਗਰ ਹਰੇਕ ਦਾ ਵਰਤਣਾ ਹੀ ਚਾਹੀਦਾ ਉਹਨੇ ਹੀ ਕਰਾਉਣਾ ਹੈ ਸਹੀ ਹੈ ਕਿਉਂਕਿ ਨਮਾਜ਼ ਤੋਂ ਬਾਅਦ ਫਿਰ ਸਾਰੇ ਇੱਧਰ ਨੂੰ ਆ ਜਾਂਦੇ ਆ ਹਾਂਜੀ 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 ਸਹੀ ਤੁਸੀਂ ਵੀ ਆਏ ਬਹੁਤ ਵੱਡੀ ਗੱਲ ਹੈ ਨਹੀਂ ਸਾਨੂੰ ਪਤਾ ਲੱਗਾ ਸੀਗਾ ਤੇ ਅਸੀਂ ਕਿਹਾ ਵੀ ਭਾਜੀ ਹੁਣਾਂ ਤੋਂ ਜਾ ਕੇ ਆਉਣਾ ਜ਼ਰੂਰ ਜ਼ਰੂਰ ਤੇ ਜ਼ਰੂਰ ਦੇਖੀਏ ਵੀ ਸਾਡੇ ਭਰਾ ਕਿਹੜੇ ਕਿਹੜੇ ਤਰ੍ਹਾਂ ਦੀ ਸੇਵਾ ਕਰ ਰਹੇ ਆ ਇੱਥੇ ਬਹੁਤ ਵਧੀਆ ਨਹੀਂ ਆਪਾਂ ਕਦੀ ਕਰਨੀ ਹੈ ਉਹ ਕਰਾਈ ਜਾਂਦਾ ਉਹਦੀ ਸੇਵਾ ਹੈ ਨਹੀਂ ਗੁਰੂ ਸਾਹਿਬ ਇਦਾਂ ਸੇਵਾ ਲੈਂਦੇ ਰਹਿਣ ਬਹੁਤ ਚੰਗੀ ਗੱਲ ਹੈ ਬੰਦੇ ਦੇ ਹੱਥ ਵਸ ਕੀ ਹੁੰਦਾ ਹਾਂਜੀ 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 ਇਹਦੇ 'ਚ ਤਕਰੀਬਨ ਸਾਰੇ ਵੀਰ ਲੈਂਦੇ ਪੰਜਾਬ ਵਾਲੇ ਹੀ ਲੱਗਦੇ ਹਾਂ ਸਾਰੇ ਹੀ ਕਿਉਂਕਿ ਸਾਰੇ ਉਹ ਨਮਾਜ਼ ਤੋਂ ਬਾਅਦ ਸਾਰੇ ਹੀ ਆਉਂਦੇ ਆ ਨਾ ਠੀਕ ਹੈ ਸਹੀ ਤੇ ਇਹ ਫਿਰ ਜਿਹੜਾ ਤੁਹਾਡਾ ਵੀ ਇਹ ਲੰਗਰ ਵੀ ਆਹ ਚੀਜ਼ ਲੰਗਰ 'ਚ ਦੇਣੀ ਹੈ ਉਹ ਪਹਿਲਾਂ ਹੀ ਤੈਅ ਕੀਤਾ ਹੁੰਦਾ ਕਿ ਉਹ ਉਹਨਾਂ ਦਿਨਾਂ ਦੇ ਵਿੱਚ ਜਾ ਕੇ ਤੈਅ ਹੁੰਦਾ ਨਹੀਂ ਉੱਦਾਂ ਜੋ ਵੀ ਜਦੋਂ ਉਹਨੇ ਕਰਾਉਣਾ ਉਹ ਆਪੇ ਆਈਡੀਆ ਦੇ ਦਿੰਦਾ ਕੀ ਕਰਨਾ ਹੈ ਵੀ ਇਸ ਵਾਰ ਆਹ ਕਰ ਲਈਏ ਬੰਦਾ ਕੀ ਕਰ ਸਕਦਾ ਉਹ 'ਚ ਹਾਂ ਜਿਹਦਾ ਲੰਗਰ ਉਹਨੇ ਹੀ ਕਰਾਉਣਾ ਹੁੰਦਾ ਹੈ ਪੰਜਾਬ 'ਚ ਤੁਹਾਡਾ ਪਿਛੋਕੜ ਕਿੱਥੋਂ ਆ ਗੁਰਦਾਸਪੁਰ ਗਿੱਲ ਮੰਜ ਪਿੰਡ ਗੁਰਦਾਸਪੁਰ ਜ਼ਿਲ੍ਹੇ 'ਚ ਠੀਕ ਹੈ ਭਾਜੀ ਸਹੀ ਤੇ ਇੱਥੇ 13 ਸਾਲ ਤੋਂ ਫਿਰ ਆਪਣਾ ਇਹੀ ਬਿਜ਼ਨਸ ਹੈ ਹਾਂ ਰੈਸਟੋਰੈਂਟ ਦਾ ਹੀ ਠੀਕ ਹੈ ਵਧੀਆ ਚੱਲਦਾ ਬਹੁਤ ਮਿਹਰ ਬਾਬਾ ਜੀ ਦੀ ਚੰਗੀ ਗੱਲ ਇੱਦੀ ਕਿਰਪਾ ਚਾਹੀਦੀ ਹੈ ਤੇ ਉਸ ਮਿਹਰ ਦੇ ਵਿੱਚੋਂ ਦਸਵੰਧ ਤਾਂ ਆਪਣੇ ਗੁਰੂ ਸਾਹਿਬਾਂ ਨੇ ਕਿਹਾ ਹੀ ਹੈ ਵੀ ਆਪਾਂ ਦਸਵੰਧ ਵੀ ਕੱਢਣਾ ਤੇ ਉਹ ਤੁਸੀਂ ਸੇਵਾ ਦੇ ਰੂਪ ਦੇ ਵਿੱਚ ਕਰ ਰਹੇ ਉਹ ਜਿੱਦਾਂ ਵੀ ਲਈ ਜਾਂਦੇ ਸੇਵਾ ਚਾਹੇ ਦਸਵੰਧ ਲੈ ਲੈਣ ਜੋ ਮਰਜ਼ੀ ਇਹ ਉਹਦੇ ਹੱਥ ਵਾਸੀ ਹੈ ਬਿਲਕੁਲ ਸਹੀ ਹੈ ਜੀ ਮਿਹਰਬਾਨੀ ਸ਼ੁਕਰੀਆ ਅੰਦਰਲੇ ਪਾਸਿਓਂ ਇਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਬਹਿ ਕੇ ਵੀ ਛਕਦੇ ਆ ਬੰਦੇ ਜਦੋਂ ਲੰਗਰ ਮਿਲਦਾ ਤੇ ਜਿਵੇਂ ਅੱਜ ਸੇਬ ਸੀਗੇ ਤੇ ਫਿਰ ਸੇਬ ਕੱਟ ਕੇ ਇਸ ਤਰ੍ਹਾਂ ਵਰਤਾਏ ਜਾ ਰਹੇ ਆ ਆਹ ਵੀਰ ਹੋਣਾ ਨੇ ਸਜਾਤਾ ਪੂਰਾ ਇੱਥੇ ਖਾਣ ਪਾਣ ਵਾਲਾ ਸਮਾਨ ਆ ਗਿਆ ਤੇ ਚੌਲ ਆ ਗਏ ਦਾਲ ਸੈਲਡ ਇੱਧਰ ਚਿਕਨ ਚਲੋ ਜੀ ਆਪਾਂ ਵੀ ਲੰਗਰ ਪ੍ਰਸ਼ਾਦੇ ਛਕ ਲਏ ਮਨਜਿੰਦਰ ਭਾਜੀ ਇੱਥੋਂ ਜਾਂਦਾ ਫਿਰ ਇਹ ਟ੍ਰੈਂਡ ਹੀ ਆ ਵੀ ਇੱਦਾਂ ਹੇਠਾਂ ਵੀ ਸਿਟਿੰਗ ਹੁੰਦੀ ਹੀ ਹੁੰਦੀ ਆ ਨਾ ਬਿਲਕੁਲ ਇਹ ਅਰਬੀ ਸਟਾਈਲ ਮਜਲਿਸ ਹੈ ਉਹਨਾਂ ਦੀ ਅੱਛਾ ਇਹ ਅਰਬੀਆਂ ਦਾ ਸਟਾਈਲ ਹੈ ਓਕੇ ਜਿਹੜੇ ਉਹ ਸਟਾਈਲ 'ਚ ਖਾਣਾ ਚਾਹੁੰਦੇ ਆ ਜਾਂ ਉਹ ਆਉਂਦੇ ਆ ਉਹ ਇੱਥੇ ਫਿਰ ਭੁੰਜੇ ਬਹਿ ਕੇ ਭੁੰਜੇ ਆਸਣ ਲਾ ਕੇ ਖਾਂਦੇ ਆਸਣ ਲਾ ਕੇ ਵੈਸੇ ਤਾਂ ਵਧੀਆ ਗੱਲ ਆਪਣੇ ਬੰਦੇ ਵੀ ਪਹਿਲਾਂ ਇੱਦਾਂ ਹੀ ਖਾਂਦੇ ਰਹੇ ਭੁੰਜੇ ਸਾਰੇ ਖਾਂਦੇ ਹੁਣ ਹੀ ਕਿਤੇ ਬਦਲ ਗਏ ਸਿਆਣੇ ਹੋ ਗਏ ਹੁਣ ਫਿਰ ਟੇਬਲਾਂ ਵਾਲਾ ਕੰਮ ਸਮਝਦਾਰ ਹੋ ਗਿਆ ਹਾਂ ਸਹੀ ਹੈ ਹੁਣ ਕਹਿੰਦੇ ਟੇਬਲ ਤੇ ਬਹਿ ਕੇ ਖਾਣਾ ਹੈ ਸਹੀ ਸ਼ੁਰੂ ਤੋਂ ਆਪਣਾ ਰੈਸਟੋਰੈਂਟ ਇਸੇ ਜਗ੍ਹਾ ਤੇ ਹੀ ਰਿਹਾ ਵਾ ਇੱਥੇ ਰਿਹਾ ਹਾਂਜੀ
ਦੁਬਈ ਇੰਟਰਨੈਸ਼ਨਲ ਸਿਟੀਜ਼? ਹਾਂਜੀ ਠੀਕ ਆ ਜੀ। ਹੁਣ ਮੇਨ ਅਸੀਂ ਕੈਟਰਿੰਗ ਦਾ ਕਰਦੇ ਹਾਂ, ਜਿਵੇਂ ਪੰਜਾਬੀ ਫਿਲਮਾਂ ਜਿੰਨੀਆਂ ਵੀ ਸ਼ੂਟਿੰਗ ਹੁੰਦੀਆਂ ਨੇ, ਗਾਣੇ, ਬਾਲੀਵੁੱਡ ਫਿਲਮਾਂ, ਜੀ 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 ਜੀ, ਉਹ 'ਚ ਕੈਟਰਿੰਗ ਆਪਣੀ ਜਾਂਦੀ ਆ। ਓਕੇ ਸਹੀ ਆ। ਆਹ ਸਾਨੂੰ ਪਤਾ ਵੀ ਬਹੁਤ ਸਾਰੀਆਂ ਹਸਤੀਆਂ ਤੁਹਾਡੇ ਕੋਲ ਆਉਂਦੀਆਂ ਜਾਂਦੀਆਂ ਰਹਿੰਦੀਆਂ, ਜਾ ਕੇ ਬਹੁਤ ਵਧੀਆ ਨਹੀਂ ਇਹ ਸਾਡੇ ਧੰਨ ਭਾਗ ਵੀ ਅਸੀਂ ਤੁਹਾਡੇ ਕੋਲ ਪਹੁੰਚੇ। ਅਤੇ ਸਹੀ ਆ ਜੀ, ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਭਾਜੀ, ਚੜ੍ਹਦੀ ਕਲਾ 'ਚ ਰਹੋ। ਜਾਂਦੇ ਜਾਂਦੇ ਮੇਰੀ ਨਿਗਾਹ ਭਾਅ ਜੀ ਇੱਧਰ ਪੈ ਗਈ, ਇਹਨਾਂ ਸੰਤਾਂ ਦੀ ਗੱਲ ਕਰ ਰਹੇ ਸੀ ਤੁਸੀਂ ਜਿਨ੍ਹਾਂ ਨੇ ਤੁਹਾਨੂੰ ਹੁਕਮ ਕੀਤਾ ਸੀ ਵੀ ਇਸ ਤਰ੍ਹਾਂ ਸੇਵਾ ਕਰੋ। ਹਾਂਜੀ ਹਾਂਜੀ। ਅੱਛਾ, ਸੰਤ ਬਾਬਾ ਗੁਰਜੀਤ ਸਿੰਘ ਜੀ ਹੈ। ਅੱਛਾ ਜੀ। ਬਾਬਾ ਕੁੰਦਨ ਸਿੰਘ ਜੀ, ਬਾਬਾ ਨਾਨਕ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ। ਸਹੀ ਹੈ ਜੀ। ਹੁਣ ਮੌਜੂਦਾ ਸੇਵਾ ਸੰਤ ਬਾਬਾ ਗੁਰਜੀਤ ਸਿੰਘ ਜੀ ਕਰਦੇ ਆ। ਜੀ 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 ਜੀ, ਸਹੀ ਹੈ ਜੀ। ਜੀ ਬਿਲਕੁਲ, ਮਹਾਂਪੁਰਸ਼ਾਂ ਦੇ ਕਹਿਣੇ ਮੰਨਣੇ ਵੀ ਚਾਹੀਦੇ ਆ, ਕਿਉਂਕਿ ਚੰਗੇ ਬਚਨ ਹੁੰਦੇ ਆ, ਹੈ ਨਾ, ਸੇਧ ਹੀ ਆ, ਸੇਧ ਦੇਣੀ ਹੁੰਦੀ ਆ ਉਹਨਾਂ ਨੇ ਆਪਾਂ ਨੂੰ। ਮਨਜਿੰਦਰ ਭਾਅ ਜੀ ਦੇ ਨਾਲ ਹੀ ਹੁਣ ਆਪਾਂ ਨੂੰ ਡਰੋਪ ਵੀ ਕਰਨ ਚੱਲੇ ਆ ਉੱਥੇ ਨਾਸਰ ਬਾਈ ਹੋਣਾ ਦੇ ਦਫ਼ਤਰ ਵਾਲੇ ਪਾਸੇ, ਕਿਉਂਕਿ ਪਹਿਲਾਂ ਜਿਹੜੀ ਗੱਡੀ 'ਤੇ ਆਏ ਸੀ ਉਹ ਮੁੜ ਗਈ ਸੀ ਪਿੱਛੇ ਨੂੰ। ਠੀਕ ਹੈ ਭਾਅ ਜੀ, ਸਤਿ ਸ਼੍ਰੀ ਅਕਾਲ, ਮਿਹਰਬਾਨੀ। ਨਾਸਰ ਭਾਅ ਜੀ ਹੁਣਾਂ ਨੂੰ ਦਫ਼ਤਰ ਛੱਡ ਕੇ ਅਤੇ ਆਪਾਂ ਨਾਲ ਹੀ ਬਾਹਰਲੇ ਪਾਸੇ ਮਾਰਕੀਟ ਹੈ ਇੱਧਰ ਆ ਗਏ, ਅਤੇ ਸ਼ਾਨੀ ਵੀਰ ਸਾਡੇ ਨਾਲ ਭੇਜਿਆ, ਇਹ ਆਪਾਂ ਨੂੰ ਸੋਹਣੀਆਂ ਸੋਹਣੀਆਂ ਚੀਜ਼ਾਂ ਇੱਧਰ ਦਿਖਾਏਗਾ। ਕਿ ਆਪਾਂ ਵੈਸੇ ਰਾਤ ਨੂੰ ਵੀ ਆਏ ਸੀਗੇ। ਹਾਂ, ਇੱਕ ਦਿਨ ਗੇੜਾ ਲਾ ਕੇ ਗਏ ਸੀ ਆਪਾਂ ਵਿਕਾਸ ਬਾਈ ਦੇ ਨਾਲ ਉੱਦਣ ਜਿੱਦਣ ਆਏ ਸੀਗੇ, ਅਤੇ ਇਹ ਕਿ ਚਲੋ ਦਿਨੇ ਵੀ ਜਾ ਕੇ ਦੇਖ ਲਈਏ। ਜੀ, ਅਸਲ ਦੁਬਈ ਅਜਿਹਾ ਸੀ, ਵੈਸੇ ਮੈਨੂੰ ਲੱਗਦਾ ਬੰਦ ਇਹ ਪਿਆ ਅੰਦਰੋਂ, ਬੂਹਾ ਲੱਗਿਆ, ਮੇਨਟੇਨੈਂਸ ਚੱਲਣ ਡਈ ਹੈ। ਅਤੇ ਐਵੇਂ ਦਾ ਕੱਚਿਆਂ ਮਕਾਨਾਂ ਵਾਲਾ ਸੀ ਸਾਰਾ ਕੁਛ, ਉਹ ਮੋਹਰੇ ਵੀ ਕਿਲ੍ਹਾ ਜਿਹਾ ਉੱਦਾਂ ਦਾ ਹੀ ਹੈ, ਅਤੇ ਇੱਦਾਂ ਦੇ ਕੱਚਿਆਂ ਤੋਂ ਵੇਖ ਲਓ ਕਿੱਡੇ ਕਿੱਡੇ ਪੱਕਿਆਂ 'ਤੇ ਪਹੁੰਚੇ ਇਹ, ਕਿਉਂਕਿ ਪੁਰਾਣੀਆਂ ਚੀਜ਼ਾਂ ਤਾਂ ਸੇਮ ਹੀ ਹੁੰਦੀਆਂ ਨਾ, ਕੱਚੇ ਹੁੰਦੇ ਸਾਰਾ ਕੁਛ। ਉਸ ਤੋਂ ਬਾਅਦ 'ਚ ਆ ਥੱਲੇ ਰੇਤ ਵੀ ਉਹਨਾਂ ਨੇ ਤਾਂ ਹੀ ਬਣਾਈ ਕਿਉਂਕਿ ਸਾਰੀ ਰੇਤ ਹੀ ਹੈ। ਉਹ ਕਹਿੰਦੇ ਵੀ ਇੱਥੋਂ ਤਰੱਕੀ ਕੀਤੀ ਆ ਅਸੀਂ ਇਸ ਚੀਜ਼ ਤੋਂ, ਅਤੇ ਉਹਨੂੰ ਸਾਂਭ ਕੇ ਰੱਖਿਆ ਉਸ ਹਿਸਾਬ ਨਾਲ। ਇੱਧਰਲੇ ਪਾਸੇ ਵੀ ਦੇਖੋ ਕਿੰਨਾ ਸੋਹਣਾ ਲੱਗਦਾ ਹੈ, ਅਤੇ ਅੰਦਰੋਂ ਖੁੱਲ੍ਹਾ ਹੁੰਦਾ ਅਤੇ ਹੋਰ ਵੀ ਬਹੁਤ ਵਧੀਆ ਲੱਗਣਾ ਸੀ। ਪਰ ਉੱਥੇ ਇੱਕ ਪੋਸਟਰ ਜਿਹਾ ਲੱਗਿਆ ਵੀ ਸੇਫਟੀ ਨੂੰ ਰੱਖਦੇ ਹੋਏ ਧਿਆਨ 'ਚ ਅਸੀਂ ਬੰਦ ਕੀਤਾ, ਤਾਂ ਮੈਨੂੰ ਲੱਗਦਾ ਵੀ ਉਹ ਉਹਨਾਂ ਵੇਲਿਆਂ ਦੀ ਗੱਲ ਆ ਵੀ ਜਦੋਂ ਕਰੋਨਾ ਸੀ, ਇਹ ਹੋ ਸਕਦਾ ਵੀ ਕਰੋਨਾ ਤੋਂ ਹੀ ਇਹ ਬੰਦ ਪਿਆ ਹੋਊਗਾ, ਬਾਅਦ 'ਚ ਖੋਲ੍ਹਿਆ ਨਹੀਂ ਹੋਣਾ ਜੇ ਮੈਂ ਗਲਤ ਨਹੀਂ ਹਾਂ। ਅਤੇ ਬਾਕੀ ਹੋਰ ਅੱਗੇ ਨੂੰ ਚੱਲਦੇ ਹਾਂ। ਇੱਧਰਲੇ ਪਾਸੇ ਮਸਜਿਦ ਹੈ, ਅਤੇ ਦੱਸ ਰਹੇ ਸੀਗੇ ਕਿ ਨਾਲ ਹੀ ਮੰਦਰ ਹੈ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਵੀ ਹੈ, ਅਤੇ ਇੱਧਰਲੇ ਹੱਥ ਮਾਰਕੀਟ ਹੈ। ਇਹ ਸਾਰੀ ਮਾਰਕੀਟ ਇਹਦੀ ਨਾਲ ਦੀ ਨਾਲ ਹੋਣੀ ਹੈ। ਆਪਾਂ ਕੱਲ੍ਹ ਵੀ ਘੁੰਮ ਰਹੇ ਸੀ, ਬਹੁਤ ਟੂਰਿਸਟ ਸੀ, ਬਹੁਤ ਜ਼ਿਆਦਾ ਟੂਰਿਸਟ ਸੀਗੇ। ਹਾਲੇ ਵੈਸੇ ਸੀਜ਼ਨ ਸ਼ੁਰੂ ਨਹੀਂ ਹੋਇਆ ਉਹ, ਜਦੋਂ ਸ਼ੁਰੂ ਹੋਊਗਾ ਤਾਂ ਉਦੋਂ ਕੀ ਹਾਲ ਹੋਊਗਾ ਇੱਥੇ, ਕਿਉਂਕਿ ਨਵੰਬਰ 'ਚ ਵੈਸੇ ਮੰਨਿਆ ਜਾਂਦਾ ਵੀ ਨਵੰਬਰ ਤੋਂ ਸ਼ੁਰੂ ਹੋ ਜਾਂਦਾ ਸੀਜ਼ਨ, ਕਿਉਂਕਿ ਗਰਮੀ ਘਟਣੀ ਸ਼ੁਰੂ ਹੋ ਜਾਂਦੀ ਹੈ ਨਾ, ਪਹਿਲਾਂ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ, ਹਾਲੇ ਵੀ ਇੰਨੀ ਜ਼ਿਆਦਾ ਆ, ਅਤੇ ਜਦੋਂ ਘਟੇਗੀ ਤਾਂ ਫਿਰ। ਅਤੇ ਉਹ ਮਸਜਿਦ ਸੀਗੀ, ਗੁਰਦੁਆਰਾ ਸਾਹਿਬ ਵੀ ਅਗਲੇ ਪਾਸੇ, ਕਿਉਂਕਿ ਇਹ ਦਰਮੰਦਰ ਵੇਖਿਆ ਤਾਂ ਦੇਖੋ ਸਾਰੀਆਂ ਉਸ ਹਿਸਾਬ ਨਾਲ ਚੜ੍ਹਾਉਣ ਵਾਲੀਆਂ ਚੀਜ਼ਾਂ, ਚੜ੍ਹਾਉਣ ਵਾਲੀਆਂ ਚੀਜ਼ਾਂ, ਫੁੱਲ ਮਾਲਾ ਪਏ ਆ, ਲੱਡੂ ਜਿਹੜੀਆਂ ਮੰਦਰਾਂ 'ਚ ਚੜ੍ਹਾਈਆਂ ਜਾਂਦੀਆਂ ਸਾਰੀਆਂ ਚੀਜ਼ਾਂ ਉਹੀ ਨੇ, ਆਦੇ ਇੱਧਰ ਹੀ ਸਾਰੀ ਚੁੰਨੀਆਂ ਰੁਮਾਲੇ ਛੋਟੇ। ਅੱਛਾ, ਆਹ ਵੀ ਸਾਰਾ ਪੁਰਾਣਾ ਹੀ ਉਸ ਹਿਸਾਬ ਨਾਲ ਬਣਿਆ। ਸਾਰੀ ਗਲੀ ਉਹੀ ਸੀਗੀ, ਹਾਂ, ਛੋਟੀਆਂ ਮੂਰਤੀਆਂ ਭਗਵਾਨ ਦੀਆਂ। ਸਾਊਥ ਇੰਡੀਆ ਫਲਾਵਰ, ਇੱਥੇ ਸਾਊਥ ਇੰਡੀਅਨ ਜ਼ਿਆਦਾ ਮੈਨੂੰ ਲੱਗਦਾ ਨਾ। ਹਾਂ, ਇੱਧਰਲੇ ਪਾਸੇ ਉਹਨਾਂ ਵਾਲਾ ਆ ਗਿਆ ਨਾ, ਕਿਉਂਕਿ ਉਹ ਜਿਹੜੇ ਉਹ ਆਪਾਂ ਦੇਖਦੇ ਨਾ ਬੰਗਾਲੀ ਲਾਉਂਦੇ ਆ ਤਿਲਕ, ਉਹਨਾਂ ਦੇ ਵੀ ਪੰਡਾ ਜੀ ਕਹਿ ਰਿਹਾ ਸੀ ਬਣਾਉਣਾ ਗਾਣਾ। ਅੱਛਾ, ਇੱਥੇ ਵੀ? ਹਾਂ, ਮੈਂ ਕਿਹਾ ਨਹੀਂ। ਉਹ ਠੀਕ ਆ, ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਕਿਉਂਕਿ ਇਹਨਾਂ ਦਾ ਸਾਊਥ ਵਾਲਿਆਂ ਦਾ ਥੋੜ੍ਹਾ ਜਿਹਾ ਪੂਜਾ ਕਰਨ ਦਾ ਢੰਗ ਹੋਰ ਹੁੰਦਾ। ਆਹ ਬਹੁਤ ਦੇਖਣ ਨੂੰ ਮਿਲ ਰਿਹਾ ਜਿਹੜਾ ਨਜ਼ਰ ਨਾ ਲੱਗੇ ਵਾਲਾ। ਆਪਾਂ ਤਾਂ ਪੂਰੀ ਧਾਰਮਿਕ ਇਹ ਗਲੀ 'ਚ ਵੜਿਆ ਹਾਂ। ਦੇਖੋ
ਮਹਿੰਗੀ ਦੁਕਾਨ ਚੋ ਖਰੀਦਿਆ ਸੀ ਨਾ ਤਾਂ ਕਰਕੇ ਮਹਿੰਗਾ ਸੀਗਾ ਪੰਜ ਦਾ ਲਾ ਰਹੇ ਇੱਥੇ ਹਾਂ ਦਾਲ ਹੁੰਦੇ ਨਾ ਡਬਲ ਹੋ ਗਿਆ ਰੇਟ ਦੂਸਰੇ ਰਾਹੀਆਂ ਇਹ ਅਵੋਇਡ ਕਰਨੀ ਆ ਕਿਉਂਕਿ ਸ਼ਾਪਿੰਗ ਜੇ ਹੋ ਗਈ ਸਾਡੇ ਬੈਗ ਆਲਰੇਡੀ ਭਰੇ ਆ ਤੇ ਹਲੇ 6-7 ਬੁਲਕ ਅਗਲੇ ਪਏ ਇਹ ਨਾਲ ਹੈ ਵੀ ਨਾਜ਼ੁਕ ਨਾ ਚੀਜ਼ਾਂ ਤੇ ਆਪਾਂ ਇਹਨਾਂ ਨੂੰ ਲੈ ਕੇ ਟਰੈਵਲ ਨਹੀਂ ਕਰ ਸਕਦੇ ਅਗਲੇ ਮੁਲਕਾਂ 'ਚ ਤੇ ਹੋਪਫੁਲੀ ਅਖੀਰਲਾ ਮੁਲਕ ਜਿਹੜਾ ਸਾਡਾ ਹੋਊਗਾ ਯਾਤਰਾ ਦਾ ਤੇ ਉੱਥੋਂ ਜੇ ਕੋਈ ਸਾਨੂੰ ਵਧੀਆ ਲੱਗਾ ਤੇ ਉੱਥੋਂ ਫਿਰ ਖਰੀਦਾਂਗੇ ਇਹ ਜਿੱਦਣ ਆਪਾਂ ਪਹਿਲੇ ਦਿਨ ਹੀ ਇੱਥੇ ਪਹੁੰਚੇ ਸੀ ਤਾਂ ਵਿਕਾਸ ਭਾਅ ਜੀ ਸ਼ਾਮ ਨੂੰ ਇੱਥੇ ਲੈ ਕੇ ਆਪਾਂ ਨੂੰ ਆਏ ਸੀਗੇ ਅਤੇ ਇੱਧਰਲਾ ਬਾਰ ਦੁਬਈ ਇਲਾਕਾ ਅਤੇ ਪਰਲਾ ਸਾਹਿਬ ਕਿਹੜਾ ਹਿਸਾਨੀ ਡੇਰਾ ਉੱਧਰ ਡੇਰਾ ਦੁਬਈ ਕਹਿੰਦੇ ਪਰਲੇ ਪਾਸੇ ਇਹਨੂੰ ਅਤੇ ਇਹ ਜੇ ਬੋਟ ਨਾਲ ਕਰੋਸ ਕਰਨਾ ਉੱਧਰ ਤਾਂ ਇੱਕ ਦਰਾਮ ਲੈਂਦੇ ਆ ਇਹ ਉੱਧਰ ਹੀ ਗੋਲਡ ਦੀ ਮਾਰਕੀਟ ਆ ਉਹ ਵੀ ਦੇਖਣ ਚੱਲਾਂਗੇ ਉਹ ਆਪਾਂ ਦੇਖਦੇ ਹਾਂ ਕੱਲ੍ਹ ਜਾਂ ਪਰਸੋਂ ਨੂੰ ਹਾਲੇ ਆਪਾਂ ਹੈਗੇ ਹਾਂ ਇੱਕ ਦੋ ਦਿਨ ਇੱਧਰ ਅਤੇ ਇੱਧਰਲੇ ਪਾਸੇ ਇਹ ਆ ਉਹ ਜਿਹੜੀਆਂ ਕਹਿੰਦੇ ਵੀ ਪੁਰਾਣੀਆਂ ਇਹਨਾਂ ਨੇ ਮਾਰਕੀਟਸ ਨੂੰ ਸਾਂਭ ਕੇ ਰੱਖਿਆ ਜਿੱਦਾਂ ਪੁਰਾਣੇ ਆਪਣੇ ਘਰ ਮਿੱਟੀ ਨਾਲ ਲਿਪੇ ਹੁੰਦੇ ਸੀ ਨਾ ਉਦਾਂ ਨਾਲ ਇੱਕ ਰੱਖਿਆ ਹੋਇਆ ਆ ਪਰ ਇਹ ਮਿੱਟੀ ਨਹੀਂ ਆ ਆ ਜੋ ਕੋਲ ਜਾ ਕੇ ਵੇਨੇ ਆ ਇਹ ਮਿੱਟੀ ਨਾਲ ਲਿਪਿਆ ਨਹੀਂ ਹੈਗਾ ਇਹ ਸੀਮੈਂਟਡ ਜਿਹਾ ਪਰ ਲੱਗਦਾ ਦੇਖਣ ਨੂੰ ਐਵੇਂ ਹੀ ਆ ਜਿੱਦਾਂ ਮਿੱਟੀ ਨਾਲ ਲਿਪਿਆ ਹੁੰਦਾ ਪੱਕਾ ਇਹ ਪੂਰਾ ਇਹ ਪੂਰਾ ਸੀਮੈਂਟ ਆ ਦਰਵਾਜ਼ੇ ਵੀ ਪੁਰਾਣੇ ਆ ਅੱਛਾ ਇੱਧਰ ਦੇ ਪਾਸੇ ਭਾਈ ਇੱਥੋਂ ਅਸੀਂ ਗਲੀ 'ਚ ਵੜ ਗਏ ਉਹ ਆਪਾਂ ਉਦੋਂ ਧਿਆਨ ਨਹੀਂ ਦਿੱਤਾ ਹੋਣਾ ਉੱਥੇ ਗੁਰਦੁਆਰਾ ਸਾਹਿਬ ਵੀ ਸੀਗਾ ਭਾਈ ਗੁਰਦੁਆਰਾ ਸੀਗਾ ਸਿੱਧਾ ਰਾਈਟ ਗੇਟ ਨੰਬਰ ਗੇਟ ਸਿੱਧਾ ਜਾ ਕੇ ਸੱਜੇ ਕਿੰਨੀ ਛੋਟੀ ਗਲੀ ਆ ਮੈਨੂੰ ਲੱਗਦਾ ਫਿਰ ਉੱਥੇ ਮਸਜਿਦ ਜਿੱਥੇ ਸੀ ਗੇਟ ਨੰਬਰ ਉਹ ਦੋ ਲਈ ਇੱਕ 'ਤੇ ਕਹਿੰਦਾ ਸੀ ਉਹ ਜੈ ਸ਼੍ਰੀ ਰਾਮ ਰਾਧੇ ਰਾਧੇ ਜੀ ਰਾਧੇ ਰਾਧੇ ਉੱਥੇ ਹੀ ਆ ਗਏ ਹਾਂ ਇਹ ਗੁਰਦੁਆਰਾ ਸਾਹਿਬ ਦੀ ਮਾਰਕ ਚਲੋ ਚੱਲੀਏ ਉੱਤੇ ਇਹ ਗੇਟ ਨੰਬਰ 1 ਤੋਂ ਹੋਣਾ ਪੈਸੇ ਗਲੀ ਦੇ ਵਿੱਚ ਤਾਂ ਨੂੰ ਚੜ੍ਹ ਚੱਲੇ ਹਾਂ ਗੁਰਦੁਆਰਾ ਸਾਹਿਬ ਵਾਲੇ ਪਾਸੇ ਉੱਪਰ ਆ ਕੇ ਇੱਧਰ ਆ ਦੇ ਇੱਕ ਮੰਦਰ ਅਤੇ ਇੱਧਰ ਐਂਟਰੀ ਆ ਗੁਰਦੁਆਰਾ ਅਸੀਂ ਉੱਪਰੋਂ ਮੱਥਾ ਟੇਕ ਕੇ ਆ ਗਏ ਹਾਂ ਅਤੇ ਹੁਣ ਬਾਹਰ ਚੱਲੇ ਹਾਂ ਅਤੇ ਅੱਜ ਕਿਸੇ ਦੀ ਅੰਤਿਮ ਅਰਦਾਸ ਸੀਗੀ ਇੱਥੇ ਇੱਧਰ ਅਸੀਂ ਫਿਰ ਵਾਪਸ ਉਸੇ ਗਲੀ ਰਾਹੀਂ ਸਮੁੰਦਰ ਵਾਲਾ ਪਾਸਾ ਜਿਹੜਾ ਸੀ ਕਨਾਲ ਜਿਹਾ ਛੋਟਾ ਜਿਹਾ ਉੱਧਰ ਨਿਕਲ ਆਏ ਹਾਂ ਅਤੇ ਪ੍ਰਸ਼ਾਦ ਮਿਲਿਆ ਅੰਦਰੋਂ ਵੇਖੋ ਮਿੱਠਾ ਪ੍ਰਸ਼ਾਦ ਹੈ ਜਿਵੇਂ ਖੀਰ ਵਰਤਾਈ ਜਾਂਦੀ ਹੈ ਇਹ ਖੀਰ ਤਾਂ ਨਹੀਂ ਹੈਗੀ ਪਰ ਹੈਗੇ ਚੌਲ ਹੀ ਲੱਗ ਰਹੇ ਆ ਪਰ ਅੰਦਰ ਹਲਵਾ ਮਿਲੇ ਹਲਵੇ ਦਾ ਪ੍ਰਸ਼ਾਦ ਭੋਗ ਅਤੇ ਅੰਤਿਮ ਅਰਦਾਸ ਸੀਗੀ ਅੱਜ ਕਿਸੇ ਸੱਜਣ ਦੀ ਦੇਖ ਲਓ ਦਾਣੇ ਦਾਣੇ ਦੇ ਖਾਣ ਵਾਲੇ ਦਾ ਨਾਮ ਹੁੰਦਾ ਅਤੇ ਜਿਵੇਂ ਦੱਸਿਆ ਵੀ ਇੱਥੇ ਕਿਸੇ ਦਾ ਭੋਗ ਸੀਗਾ ਅਤੇ ਉਹਨਾਂ ਦੇ ਭੋਗ ਦਾ ਆਪਾਂ ਖਾਣਾ ਸੀਗਾ ਅਤੇ ਉਹ ਆਪਾਂ ਨੂੰ ਇੱਥੇ ਖਿੱਚ ਕੇ ਲਿਆ ਇਹ ਚੀਜ਼ ਜਿੱਥੇ ਜਿੱਥੇ ਰੱਬ ਨੇ ਦਾਣਾ ਪਾਣੀ ਲਿਖਿਆ ਉੱਥੇ ਉੱਥੇ ਬੰਦਾ ਆਪ ਹੀ ਪਹੁੰਚ ਜਾਂਦਾ ਆਹ ਦੇਖੋ ਕਬੂਤਰ ਦਾਣਾ ਚੁੱਕਦੇ ਨਾ ਇਹ ਜਿੱਥੇ ਇਹਨਾਂ ਦੇ ਦਾਣੇ ਲਿਖੇ ਆਪ ਹੀ ਆ ਗਏ ਆ ਅਤੇ ਅਸੀਂ ਵੀ ਬੰਦਾ ਆਪੇ ਨਹੀਂ ਪਹੁੰਚ ਜਾਂਦਾ ਉਹਨੂੰ ਮਤਲਬ ਉਹਦੀ ਕਿਸਮਤ ਜਾਂ ਬਹਾਨੇ ਉੱਥੇ ਖਿੱਚ ਕੇ ਲਿਆਉਂਦੇ ਆ ਚਾਹੁੰਦੀ ਹੈਗਾ ਅਗਲੇ ਪਾਸੇ ਵੀ ਕੁਛ ਦੇਖਣ ਨੂੰ ਅੱਛਾ ਜਿੱਧਰ ਅਸੀਂ ਉਦਣ ਰਾਤ ਗਏ ਉਹੀ ਚੀਜ਼ਾਂ ਹੈ ਨਾ ਹੁਣ ਠੀਕ ਹੈ ਪਰ ਦੁਬਈ ਹੈ ਬਹੁਤ ਕਮਾਲ ਹਾਂ ਆਹ ਸਾਰਾ ਫੁੱਲਾਂ ਵਾਲਾ ਹੀ ਲੱਗਦਾ ਦੇਖੋ ਫੁੱਲ ਪਏ ਸਾਰੇ ਬਾਹਰ ਵੀ ਫਲੈਕਸ ਲੱਗੀ ਹੈ ਸਾਰਾ ਫੁੱਲਾਂ ਦਾ ਹੀ ਹੈ ਇਹ ਠੰਡਾ ਹੋਣਾ ਟੋਟਲੀ
ਇਧਰ ਆਏ ਸੀਗੇ ਪਰ ਅੰਦਰੋਂ ਇਧਰੋਂ ਇਧਰੋਂ ਗਲੀ ਚੋਂ ਨਿਕਲ ਕੇ ਇਧਰ ਨੂੰ ਚਲੇ ਗਏ ਸੀਗੇ ਮਤਲਬ ਉਹ ਸੋਬਰੇ ਇਧਰੋਂ ਆਏ ਹਾਂ ਇਹ ਵਾਲੀ ਗਲੀ ਚੋਂ ਇਧਰ ਹੀ ਆਏ ਸੀਗੇ ਆਹ ਦੇਖੋ ਇਧਰ ਕਿੱਦਾਂ ਲੱਗੇ ਪਏ ਆ ਇਦਾਂ ਅਸੀਂ ਅੰਡੇ ਮਾਨ ਦੇ ਵਿੱਚ ਦੇਖੇ ਸੀ ਹਾਂ ਮਤਲਬ ਹੁਣ ਇਹ ਨਾ ਬੇੜੀਆਂ ਬੂੜੀਆਂ ਹੀ ਆ ਖਿੱਚਦੀਆਂ ਨਹੀਂ ਉਹਨਾਂ ਕਿਉਂਕਿ ਬੜੀਆਂ ਝੂਟੀਆਂ ਉੱਥੇ ਮਹੀਨੇ ਤੋਂ ਵੱਧ ਸਮਾਂ ਆਪਾਂ ਰਹਿ ਕੇ ਆਏ ਆ ਸਮੁੰਦਰ ਦੇ ਵਿੱਚ ਹੀ ਇੰਟਰਨੈਸ਼ਨਲ ਹੱਦਾਂ ਨੂੰ ਅਸੀਂ ਵਾਏ ਫੇਰੀ ਕ੍ਰੋਸ ਕਰਾਂਗੇ ਉਹਦੇ ਲਈ ਜ਼ਰੂਰ ਸਾਡੇ 'ਚ ਉਹ ਤਾਂਘ ਜੀ ਉਤਸੁਕਤਾ ਜੀ ਹੈਗੀ ਆ ਕਿ ਆਪਾਂ ਇੰਡੀਆ ਦਾ ਦੇਖ ਲਿਆ ਸ਼ਿਪ ਕਿਵੇਂ ਦਾ ਆ ਇੰਡੀਆ ਤੋਂ ਬਾਹਰ ਕਿਵੇਂ ਦੀ ਸਰਵਿਸ ਹੁੰਦੀ ਹੋਵੇਗੀ ਸਾਰਾ ਕੁਝ ਕਿਵੇਂ ਹੋਊਗਾ ਉਹ ਦੇਖਾਂਗੇ ਇੱਧਰ ਦੇਖੋ ਕਿੰਨੇ ਮਸਾਲੇ ਆ ਆਹੋ ਆਡੀਆਂ ਕੂਚਣ ਵਾਲੇ ਕੀ ਆਂਦੇ ਇਹਨਾਂ ਨੂੰ ਵੈਸ਼ ਸ਼ਬਦ ਕਿਹੜਾ ਆਪਣੇ ਕੂਚਾ ਕੂਚਾ ਹੀ ਹੈ ਹੂੰ ਠੀਕ ਹੈ ਝਾਵੇਂ ਵੀ ਕਹਿੰਦੇ ਉਹ ਇਹੀ ਹੁੰਦੇ ਆ ਝਾਵੇਂ ਆਹ ਝਾਵਾਂ ਵੀ ਆਹ ਉਹ ਕਹਿੰਦਾ ਪਹਿਲਾਂ ਵਰਤਦੇ ਹੁੰਦੇ ਸੀ ਹੁਣ ਤਾਂ ਬਹੁਤ ਘੱਟ ਇਹ ਚੀਜ਼ਾਂ ਵਰਤ ਹੁੰਦੀਆਂ ਆਪਣੇ ਮੱਛੀ ਜੀ ਬਣਾਈ ਆ ਆਹ ਪਤਾ ਨਹੀਂ ਕੀ ਹੈ ਸਾਬਣ ਸੂਬਣ ਜਾਂ ਕੁਝ ਹੋਰ ਇਦਾਂ ਦੀ ਆਈਟਮ ਮਸਾਲੇ ਘੁੱਟ ਘੁੱਟ ਕੇ ਰੱਖੇ ਆ ਉਹਦੇ ਲੌਂਗ ਜਿਹੜੇ ਆਪਾਂ ਧਨੀਆ ਧਨੀਆ ਹੋਰ ਵੀ ਕਈ ਕੁਛ ਆ ਕਈਆਂ ਦੇ ਨਹੀਂ ਪਤਾ ਹੀ ਨਹੀਂ ਵੀ ਕੀ ਕੁਛ ਆ ਇਹ ਪਿਆ ਵੀ ਹਾਲੇ ਜਿਹੜੇ ਅਗਲੇ ਮੁਲਕਾਂ 'ਚ ਜਾਣਾ ਉੱਥੇ ਵੀ ਬਹੁਤ ਕੁਛ ਇੱਦਾਂ ਦਾ ਦੇਖਣਾ ਅਦਰਕ ਕੀ ਸੁਕਾਇਆ ਹੋਇਆ ਲੂਣ ਕਾਲਾ ਚਿੱਟਾ ਚਿੱਟਾ ਸੱਚ ਸਮੁੰਦਰੀ ਲੂਣ ਜਿਹਾ ਹੋਇਆ ਜਿਹੜਾ ਹੁੰਦਾ ਆ ਹਲਦੀ ਲੱਗਦੀ ਹਲਦੀ ਹੈ ਬਿਲਕੁਲ ਅਣ ਪੀਸੀ ਹੋਈ ਆ ਉਹ ਨਹੀਂ ਹੈਗੇ ਜਿਹੜੇ ਆਪਾਂ ਇਹ ਕਹਿੰਦਾ ਫਟਕੜੀ ਹੋਊਗੀ ਹਾਂ ਫਟਕੜੀ ਫਟਕੜੀ ਲੱਗਦੀ ਹੈ ਗੁਲਾਬ ਇਤਰ ਬਣਾਉਂਦੇ ਨਾ ਉਹਨਾਂ ਦੇ ਹਨਾ ਸਹੀ ਆ ਆ ਜਾਓ ਗਾਂ ਨੂੰ ਚੱਲੀਏ ਸ਼ੋਲ ਦੇਖੋ ਉਧਰ ਹਬੀਬੀ ਸਾਹਿਬ ਖੜੇ ਕੁੰਦਰਾ ਕੀ ਕੁੰਦਰਾ ਪਾਇਆ ਨਹੀਂ ਕੀ ਸ਼ਬਦ ਵਰਤਦੇ ਉਹਨੂੰ ਇਹ ਸਿਰ ਦੇ ਜਿਹੜਾ ਪਾਇਆ ਹਾਂ ਨਹੀਂ ਨਹੀਂ ਜਿਹੜਾ ਲੰਬੇ ਵਾਲਾ ਪੂਰਾ ਝੋਲਾ ਜਿਹੜਾ ਹੁੰਦਾ ਨਹੀਂ ਜੁੱਬਾ ਵੀ ਕਹੀਦਾ ਉਸ ਤੋਂ ਬਾਅਦ ਦੋ ਤਿੰਨ ਲੱਖ ਤੋਪ ਵੀ ਕਹਿੰਦੇ ਨੇ ਬੱਦੂ ਜਿਹੜੇ ਹੁੰਦੇ ਨੇ ਤੋਪ ਤੋਪ ਜਿਹੜੇ ਨੋਰਮਲ ਹੈਗੇ ਨੇ ਮਤਲਬ ਇੱਥੇ ਦੇ ਲੋਕਲ ਉਹ ਕਹਿੰਦੇ ਨੇ ਜੁੱਬਾ ਜੁੱਬਾ ਠੀਕ ਹੈ ਬਈ ਠੀਕ ਹੈ ਜਿਹੜੇ ਪੁਰਾਣੇ ਪੜ੍ਹੇ ਲਿਖੇ ਨਹੀਂ ਹੈਗੇ ਨਾ ਬਦੂ ਉਹ ਤੋਪ ਕਹਿੰਦੇ ਨੇ ਇਹਨੂੰ ਸਹੀ ਆ ਆਹ ਹੁਣ ਸਾਰਾ ਫਿਰ ਉੱਦਾਂ ਦੀ ਲੋਕੀ ਆ ਗਈ ਫਿਰ ਇਹ ਪੁਰਾਣੀ ਨਹੀਂ ਹੈਗੀ ਇੱਧਰ ਜ਼ਰੂਰ ਇਹਨੂੰ ਉਸ ਹਿਸਾਬ ਨਾਲ ਟੈਕਸਚਰ ਜਿਹਾ ਕਰ ਦਿੱਤਾ ਇਹਨਾਂ ਨੇ ਜਾਇਆ ਟੈਕਸਟਾਈਲ ਜਵਾਲ ਸ਼ੋਇਬ ਕੱਪੜੇ ਇੱਥੇ ਸਾਰੇ ਬਾਹਰੋਂ ਹੀ ਆਉਂਦੇ ਨਾ ਜੁੱਤੀ ਇਹਨੂੰ ਪਰ ਪਸੰਦ ਨੀ ਆਈ ਕਿਉਂਕਿ ਉੱਥੋਂ ਪਿੰਡੋਂ ਬੂਟ ਹੀ ਕੱਲੇ ਲੈ ਕੇ ਆਉਂਦੇ ਸੀ ਨਾਲ ਗਰਮੀ ਹੈ ਫਿਰ ਅੱਗੇ ਅੱਗੇ ਸਰਦੀ ਆਣੀ ਅੱਗੇ ਠੰਡ ਹੈ ਇਸ ਲਈ ਸ਼ੂਜ਼ ਹੀ ਪਾਣੇ ਆ ਇੱਥੇ ਦੁਬਈ ਚ ਚੱਲਣੀ ਸੀ ਬਸ ਚੱਪਲ ਬੈਗ ਵੀ ਫੁੱਲ ਹੋ ਗਏ ਸੀ ਨਾ ਬੂਟ ਪਾਣੇ ਔਖੇ ਸੀ ਵਿੱਚ ਇੰਨੇ ਮੁਲਕਾਂ ਲਈ ਸਮਾਨ ਚੱਕ ਕੇ ਜਦੋਂ ਨਿਕਲੀਏ ਨਾ ਫਿਰ ਭਾਰੀ ਜਾਂਦਾ ਸਾਰਾ ਕੁਛ ਇੱਥੋਂ ਖਰੀਦਿਆ ਇੱਥੋਂ ਕੱਲ੍ਹ ਖਰੀਦਿਆ ਸੀ ਆਪਾਂ ਫੋਟੋ ਖਿੱਚਣ ਦੇ ਪੈਸੇ ਲਏ ਹੁਣ ਪਰ ਡਬਲ ਰੇਟ ਲਾਤਾ ਉਹੀ ਨਾ ਹੱਸ ਰਹੀ ਹੈ ਉਹ ਤਾਂ ਪੰਜ ਦਰਾਮ ਦਾ ਕਹਿ ਰਿਹਾ ਸੀ ਨਾ ਛੱਲਾ ਜਿਹੜਾ ਲੈ ਕੇ ਆਈ ਨਾ ਇੱਥੇ ਉਹਨਾਂ ਨੇ ਦੱਸ ਦਿੱਤਾ ਖੁਲਜਾ ਸਿਮ ਸਿਮ ਕਰ ਰਿਹਾ ਉਹ ਅਲਾਦੀਨ ਦਾ ਚਿਰਾਗ ਲੈ ਖੜਾ ਸੀ ਅੱਛਾ ਅਲਾਦੀਨ ਤਾਂ ਫਿਰ ਵਰਲਡ ਵਾਈਡ ਫੇਮਸ ਹੈ ਨਾ ਉਹ ਯੂਰਪ ਯੂਰਪ ਵਾਲੇ ਬੰਦੇ ਸਾਰੇ ਆਉਣ ਲੱਗ ਪਏ ਗੋਰੇ ਸ਼ੁਰੂ ਹੋ ਗਿਆ ਤਕਰੀਬਨ ਇਹਨਾਂ ਦਾ ਉਹ ਦੇਖ ਰਹੇ ਆਪਾਂ ਸਾਰੇ ਬਾਜ਼ਾਰਾਂ 'ਚ ਉਹੀ ਨੇ ਦੇਖ ਰਹੇ ਜਦ ਸ਼ਾਮ ਦੇ ਟਾਈਮ ਇਸੇ ਤਰ੍ਹਾਂ ਰਸ਼ ਆ ਬਿਲਕੁਲ ਆ ਮਸਾਲੇ ਮਸੂਲੇ ਤਾਂ ਹਰ ਦੂਜੀ ਚੌਥੀ ਦੁਕਾਨ 'ਤੇ ਦੇਖ ਹੀ ਜਾਂਦੇ ਇੱਦਾਂ ਭਰੇ ਪਏ ਅਗਲੇ ਪਾਸੇ ਜਾ ਕੇ ਇੱਕ ਕਲੋਲ ਵੀ ਹੋਣੀ ਆ ਉਹ ਉੱਥੋਂ ਉੱਥੇ ਜਾ ਕੇ ਮੈਂ ਕੈਮਰਾ ਔਨ ਕਰਦਾ ਅਤੇ ਦੱਸਦਾ ਕਿਹੜੀ ਕਲੋਲ ਆ
आह वाली गली शुरू होंगे सारी कलोल शुरू हो जाती है, पता नहीं अज होगा ना कल तो जरूर हो होगी। आ देखो इंज पकौड़ा चेक करवाए आए लिया पकौड़ा पकौड़ा चेक करवाए ये भी लो खा के वेखो तो आ जाओ अंदर। तो कल भी असं इस तरह इतों लंघे थे तो उदो भी इन्होंने इदी पकौड़े दते। ये भी गाहक न एक खिंचन का ढंग है भी हरेक दुकानदार आपका जो प्रोडक्ट है मतलब पकौड़ा बनाया चंगा लगता तो आके खरीदो। पर बड़ा ना सुखावा जिहा माहौल आ, बड़ा नरमा बड़े हसमुख बंदे आ सारे जिन्ने भी है चाहे वह किसी भी पास्यों इत्थे आके काम कर रहे होण। एप्पल उपल बहुत है इस करके अपने ना बंदे इतने लैन आते हरेक मतलब इतने बंदे के हाथ के जोड़ा इतने काम भी कर रहा ना ये हाथ से एप्पल का फोन ही देखा बी कमाल हो ही पी आप्पल की गल कर रहा सी ता देखो जम जम दुकान आ गई उन्होंने दुकान ही है जोड़े फोन जहाँ सट के तो कहते होंगे भी साडा सिट फोन टुटदा नहीं है भी भला तुम ही कड़ा आप बनाने पतंदरों तो पर उन्होंने पब्लिसिटी आपकी इस हिसाब में की है भी लोग फिर इतने खिचे तुरे आते हैं ये वो बड़ी दुकान से इन्हों रील वीडियो काफ़ी आदियाँ शायद तुम तो देखी हो एक असी स्टोर च आ गए मनप्रीत ने कोई फुटवेयर वेखना शायद पंजाबी जुत्ती ही देखनी है नहीं नहीं वैसे ही लेना कुछ अच्छा होर कुछ पंजाबी थोड़ा इतों मिलनी वधिया शामी कहता भी शायद इतों मिल जूगी कहता बाकी शॉपिंग मॉल ही है सारा जिदा अपने उत्थे शॉपिंग मॉल्स ने इस तरह इन्हों भी काफ़ी व्डे व्डे रिलायंस मैक्स टैप 1 to 10, 1 to 20 सारा कुछ ही मिलता है घर का समान बिजली का बच्चों का कपड़े सारा कुछ ही होगा। गुरुद्वारा उपर आ गया डोरमैट कपड़े हर शह मिलती है मैं लगता तुम कि ना कल जी जुत्तियों वाली दुकान होंगी है वो च ना जाना पवे फुटवेयर वाली कल जे हो सकता है क्योंकि ये डीमार्ट टाइप है ना उतना भी नहीं अपन मिलते इतना च हिसाब किताब जेदा ही होंगे समान इतने थोड़ा ज्यादा लग रहा पर मैं गारंटी दिना तुम पसंद नहीं होगा इतना देख लेने मेड इन इंडिया है अद्धा समान ते अच्छा मोरा मेड इन इंडिया दी लगी है किसी किसी ते इधरले पासे ही है चलो देखी बीबी स्टॉक आ है ये बीबी स्टॉक चप्पल ते हैगी है मेन गल ते आपा थोड़ी लेनी है ये जेडे बूट तुसी ला के बूटां दी जगह ते पा सको बस ना देख लो भैया लभदा कुछ पहले वाले स्टोर चो कुछ भी मतलब का नहीं लभा तो असी थोड़ा चार बहर घूमते फिरते एक होर स्टोर के आ गए इतने चंगी गिणती च जुत्तियां पईयां इतने बहुत कुछ आ पसंद भी आऊगा कुछ लगता आजगा मेन तो यह है आ देखो काफ़ी सोहनी है तो चैकिंग हो रही है फिर मैं तो सैड पर बह गया मैं क्या भी मैं तो बह जूँगा तो आपकी तसली कर लो तो थोड़ी चौड़ी जी स्ट्रैप है क्योंकि ना समान बहुत हैगा मतलब गिणती जे बहुत आ पर उदे चों जिद्दां चूजी जे पीस हुंदे आ ओह पील जी करन वाले ओह मैनू भी सीरीयसली मैनू खुद नूं नहीं लग रहे भी ये मतलब वधिया ते उदे चों कुछ कुछ हुण सिलेक्टेड जे इस जगह ते हैगे आ पहलियां थावां ते नहीं सीगे सो हुण उम्मीद आ भी इत्थों गल बण जूगी। आ गए असीं इधरों बाहर इत्थों लंघदे आ एक दिन मनप्रीत ने वेख्या सी कि अंदरों जुत्तियां मिलदियां ਵੇਂਦਰ ਫੁੱਟਵੇਅਰ ਕਾਫੀ ਹੈਗਾ ਸਟਾਕ ਜਿਹੜੀ ਚੀਜ਼ ਲੈਣੀ ਹੁੰਦੀ ਨਾ ਜੇ ਬੰਦੇ ਨੇ ਸੋਚਿਆ ਹੋਵੇ ਉਹਦੇ ਬਾਰੇ ਸੋਚਦੇ ਰਹੋ ਤਾਂ ਫਿਰ ਮਿਲ ਹੀ ਜਾਂਦੀ ਹੈ ਉਧਰੋਂ ਕਈ ਇੱਕ ਦੋ ਥਾਵਾਂ ਤੇ ਆਪਾਂ ਜਾ ਕੇ ਆਏ ਨਾ ਉਧਰੋਂ ਮਿਲੀ ਨਹੀਂ ਫਿਰ ਇੱਕ ਸਪੈਸ਼ਲ ਜੁੱਤੀਆਂ ਦੀ ਇਕੱਲੀ ਦੁਕਾਨ ਸੀਗੀ ਉੱਥੋਂ ਵੀ ਕੰਮ ਸੈੱਟ ਨਹੀਂ ਆਇਆ ਫਿਰ ਇਹਦੇ ਜਿਹੜੀ ਆ ਧਿਆਨ 'ਚ ਸੀਗੀ ਉਹੀ ਨਾ ਮਤਲਬ ਜਿੱਥੋਂ ਸੋਚਿਆ ਸੀ ਉੱਥੋਂ ਹੀ ਮਿਲੀ ਆ ਕੇ ਉੱਥੋਂ ਹੀ ਮਿਲੀ ਜਾ ਕੇ ਚਲੋ ਵਧੀਆ ਹੋ ਗਿਆ ਹਾਈਪਰ ਮਾਰਕੀਟ ਓਸ਼ੀਆ ਹਾਈਪਰ ਮਾਰਕੀਟ
ਠੀਕ ਹੈ ਜੀ ਫਾਈਨਲੀ ਗੱਲ ਬਣ ਗਈ ਆ ਗੱਲ ਬਣਨੀ ਚਾਹੀਦੀ ਹੈ ਦੇਖੋ ਦੁਬਈ ਦਾ ਰਾਤ ਦਾ ਨਜ਼ਾਰਾ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਗੱਡੀਆਂ ਤੇ ਮਹਿੰਗੀ ਤੋਂ ਮਹਿੰਗੀ ਆਪਾਂ ਗੱਡੀ ਇੱਥੇ ਦੇਖੀ ਆ ਟੈਸਲਾ ਵੀ ਦੇਖ ਲਈ ਜਿਹੜੀਆਂ ਗੱਡੀਆਂ ਹਲੇ ਆਪਾਂ ਇੰਡੀਆ 'ਚ ਨਹੀਂ ਵੇਖੀਆਂ ਸੀਗੀਆਂ ਹੋਰ ਅਮਰੀਕ ਤੁਸੀਂ ਦੱਸ ਦੋਗੇ ਨਹੀਂ ਟੈਸਲਾ ਹੀ ਆ ਜਿਹੜੀ ਆਪਾਂ ਉੱਥੇ ਨਹੀਂ ਵੇਖੀ ਬਾਕੀ ਲੈਂਡ ਕਰੂਜ਼ਰਾਂ ਵਗੈਰਾ ਜੀ ਵੈਗਨਾ ਉਹ ਕਿਤੇ ਕਿਤੇ ਲੱਭ ਹੀ ਜਾਂਦੀਆਂ ਵੱਡੇ ਸ਼ਹਿਰਾਂ 'ਚ ਪਰ ਇੱਥੇ ਤਾਂ ਆਮ ਹੀ ਆ ਆਮ ਜੀ ਗੱਲ ਹੈ ਇੱਥੇ ਤਾਂ ਸ਼ੇਖਾਂ ਨੇ ਬੱਲੇ ਬੱਲੇ ਕਰਾਈ ਪਈ ਬਹੁਤ ਜ਼ਿਆਦਾ ਗਾਹ ਪਿਆ ਪਿਆ ਛੋਟੀਆਂ ਗੱਡੀਆਂ ਵੀ ਉਹਦੇ ਸੋਹਣੀਆਂ ਲੱਗਦੀਆਂ ਨਾ ਆਡੀਆਂ BMWs ਇਹ ਤਾਂ ਆਮ ਜੀਆਂ ਇੱਥੇ ਜੀ ਗੱਲ ਹੈ ਲੈਕਸਸ ਬਹੁਤ ਜ਼ਿਆਦੀ ਆ ਸਭ ਤੋਂ ਵੱਧ ਟੋਇਟਾ ਵੇਖਣ ਨੂੰ ਮਿਲਦੀ ਹੈ ਇੱਥੇ ਟੋਇਟਾ ਬ੍ਰਾਂਡ ਬਹੁਤ ਆ ਉਹਦੇ 'ਚ ਚਾਹੇ ਲੈਂਡ ਕਰੂਜ਼ਰ ਹੋ ਗਈਆਂ ਜਾਂ ਫਿਰ ਜਿਹੜੀਆਂ ਸਵਾਰੀਆਂ ਵਾਲੀਆਂ ਢੋਆ ਢੁਆਈ 'ਚ ਆਉਂਦੀਆਂ ਕੰਮ ਉਹ ਵੀ ਟੋਇਟਾ ਦੀ ਆ ਜਿੱਦਾਂ ਉਹ ਮੂਹਰੇ ਵੈਨ ਜੀ ਖੜ੍ਹੀ ਇੱਕ ਉਹ ਵੀ ਟੋਇਟਾ ਦੀ ਹੀ ਆ ਉਵੇਂ ਇੱਥੇ ਸਵਿਫਟ ਵੀ ਹੈਗੀ ਆ ਮਰੂਤੀ ਸੁਜ਼ੂਕੀ ਦੀਆਂ ਕਾਫੀ ਗੱਡੀਆਂ ਹੈਗੀਆਂ ਸੁਜ਼ੂਕੀ ਵਾਲੀ ਲੇਕੇ ਬਲੇਨੋ ਵੀ ਦੇਖੀ ਸੀ ਮੈਂ ਅਲਟੀਗਾ ਵੀ ਹੈਗੀ ਆ ਇੰਡੀਆ ਵਾਲੀਆਂ ਕਾਫੀ ਗੱਡੀਆਂ ਕਹਿ ਰਹੇ ਆ ਗੱਡੀਆਂ ਹੈਗੀਆਂ ਬੱਸਾਂ ਵੀ ਸੋਹਣੀਆਂ ਆ ਘੁੰਮ ਕੇ ਆ ਗਏ ਆਪਾਂ ਵਾਪਸ ਤੇ ਅੱਜ ਦਾ ਦਿਨ ਵੀ ਬਹੁਤ ਵਧੀਆ ਰਿਹਾ ਤੇ ਇਸ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆ ਨਵੀਂ ਵੀਡੀਓ ਦੇ ਵਿੱਚ ਮਿਲਦੇ ਆ ਵੇਖਦੇ ਰਹੋ ਸਾਡਾ ਚੈਨਲ ਵਾਕ ਵਿਦ ਟੁਰਨਾ